ਇਹ ਰਾਗੀ ਆ ਗਈ ਜੀ ਤੇ ਅੱਗੇ ਉਧਰ ਇੱਕ ਕੋਠੀ ਕੁੱਟ ਲਈ ਜੀ ਤੇ ਅੱਗੇ ਆ ਗਿਆ ਆਪਣਾ ਉਧਰ ਇੱਕ ਕੰਗਣੀ ਹੋ ਗਈ ਹਰੀ ਕੰਗਣੀ ਆਹ ਕੰਗਣੀ ਆ ਇਹ ਪੰਜੇ ਮਿਲ ਸਕਾ ਲਾ ਆਪਾਂ ਟਰਾਇਲ ਲਾ ਕੇ ਦੇਖ ਲਿਆ ਪਰ ਇਹ ਚੋਂ ਅਗਲੀ ਵਾਰ ਨੂੰ ਜਿਵੇਂ ਕਿ ਦੂਰ ਚੀਜ਼ਾਂ ਨੇ ਜੋ ਉਹ ਆਪਣੇ ਪ੍ਰੋਸੈਸ ਚ ਆਪਣੇ ਪ੍ਰੋਸੈਸ ਨਾਲ ਕੀ ਰੇਟ ਮਿਲ ਰਿਹਾ ਤੁਹਾਨੂੰ ਕੋਈ ਵੇਚਿਆ ਪਹਿਲਾਂ ਨਹੀਂ ਸਰ ਵੇਚਿਆ ਨਹੀਂ ਆਪਾਂ 20 ਤਿਆਰ ਕਰ ਲਈ ਅੱਛਾ 20 ਤਿਆਰ 20 ਤਿਆਰ ਕਰ ਲਈ ਆਟਾ ਸਰ ਇਹਦਾ 200 ਰੁਪਏ ਕਿਲੋ ਵੀ ਆਪਣਾ ਦੇਖੋ ਇਹਦਾ ਜੀ ਹੈਗਾ ਜੀ ਜੇ ਆਪਾਂ ਕੋਧਰਾ ਲੈਣਾ ਤਾਂ 140 ਰੁਪਏ ਆਪਾਂ ਨੂੰ ਪੂਰ ਮਿਲ ਰਹੀ ਜੀ ਜੇ ਆਟਾ ਲੈਣ ਤਾਂ 200 ਰੁਪਏ ਇੱਕ ਆਪਾਂ ਮੱਕੀ ਲਈ ਹੋਈ ਸੀ ਮੱਕੀ ਆਪਾਂ ਵੱਢ ਲਈ ਜੀ ਤੂੰ ਹੁਣ ਗੰਨਾ ਰਹਿ ਗਿਆ ਇਹਦੇ ਵਿੱਚ ਹੁਣ ਆਪਾਂ ਇਧਰ ਕਣਕ ਲਾਉਣੀ ਹੈ ਜੀ ਕਰੀਂ ਸੋਨਾ ਮੋਤੀ ਕਣਕ ਕਿੰਨਾ ਸਾਰਾ ਡ੍ਰਿਪ ਤੇ ਤੁਹਾਡਾ ਸਾਰਾ ਡ੍ਰਿਪ ਤੇ ਸਾਰਾ ਸਿੱਕਾ ਕਿੰਨੀ ਵੀ ਕ੍ਰੋਪ ਹੈ ਡ੍ਰਿਪ ਤੇ ਤੁਹਾਡੀ ਗੰਨੇ ਦੀ ਪਹਿਲੀ ਹੈ ਸਰ ਗੰਨੇ ਦੀ ਪਹਿਲੀ ਪਾਣੀ ਹੋਇਆ ਤਾਂ ਲੱਗੀ 7 ਮਹੀਨੇ ਹੋਏ ਲੱਗੇ ਕਿੰਨਾ ਡ੍ਰਿਪ ਤੇ ਮੈਂ ਯੂਪੀ ਤਾਂ ਕਾਫੀ ਦੇਖਿਆ ਔਰ ਬੜੀ ਅੱਛੀ ਪ੍ਰੋਡਿਊਸ ਆ ਰਹੀ ਹੈ ਉਹਨਾਂ ਦੀ ਠੀਕ ਹੈ ਸਰ ਸਾਰਾ ਲੱਗਿਆ ਲੇਟ ਹੁਣ ਕਾਫੀ ਲੱਗਿਆ ਇਹਨੇ ਉਹੀ ਸਾਰਾ ਕੱਲ ਗੱਲ ਕਰ ਰਹੇ ਸੀ ਕਿ ਜੇ 6 ਘੰਟੇ ਲੱਗਦੇ ਸਾਡਾ ਟ੍ਰਿਪ ਦੇ ਨਾਲ ਅੱਧਾ ਘੰਟਾ ਹੀ ਲੱਗਦਾ ਬਹੁਤ ਅੱਧਾ ਮੋੜ ਸਾਰੀ ਫੋਟੋਗ੍ਰਾਫੀ ਦਾ ਐਕਸਪੀਰੀਅੰਸ ਆ ਇਹ ਸਾਰਾ ਟ੍ਰਿਪ ਇਰੀਗੇਸ਼ਨ ਇਹ ਸਾਰਾ ਕੁਝ ਫੋਟੋਗ੍ਰਾਫੀ ਵੀ ਸਾਰੀ ਤੁਹਾਡੀ ਸਮਾਰੀ ਬਿਲਕੁਲ ਜੀ ਤੇ ਜਿਵੇਂ ਹੁਣ ਆਪਾਂ ਨੇ ਖਾਦ ਪਾਉਣੀ ਹੈ ਜੀ ਖਾਦ ਪਾਉਣਾ ਤਾਂ ਦੂਜੀ ਦਾ ਵਰਤ ਨਹੀਂ ਸਕਦੇ ਜੇਕਰ ਆਪਾਂ ਹੁਣ ਰੂੜੀ ਦੀ ਖਾਦ ਹੀ ਪਾ ਸਕਦੇ ਹਾਂ ਰੂੜੀ ਪਾਉਣੀ ਤਾਂ ਬਹੁਤ ਜ਼ਿਆਦਾ ਟਾਈਮ ਲੱਗਦਾ ਹੁਣ ਅਸੀਂ ਕੀ ਕਰਦੇ ਹਾਂ ਜੀ ਵਰਮੀ ਕੰਪੋਸਟ ਲੈ ਲਿਆ ਜੀ ਉਹਨੂੰ ਇੱਕ ਡਰਮ ਦੇ ਵਿੱਚ ਭਿਉਂ ਲਿਆ ਪਾਣੀ ਨਾਲ ਜੀ ਪਾਣੀ 'ਚ ਭਿਉਂ ਤਾਂ ਉਹ ਜੋ ਉੱਪਰ ਪਾਣੀ ਨਿੱਤਰ ਜਾਂਦਾ ਜੀ ਉਹਨੂੰ ਪਾਉਣ ਲਈਦਾ ਉਹਨ ਕਿ ਉੱਥੋਂ ਬੈਚੂਰੀ 'ਚ ਛੱਡ ਦਿਓ ਉਹ ਸਾਰਾ ਇਹਦੇ ਜੜਾਂ 'ਚ ਜਾਂਦਾ ਹੁਣ ਜੇ ਆਪਾਂ ਝੋੜੀਆਂ ਚੱਕ ਕੇ ਪਾਉਂਦੇ ਹਾਂ ਤਾਂ ਬਹੁਤ ਔਖਾ ਪ੍ਰੋਪਰ ਵੀ ਕਿ ਡੋਜੇਜ ਵੀ ਨਹੀਂ ਹੁੰਦੀ ਹਾਂਜੀ ਉਹ ਤੁਹਾਡੀ ਉਹ ਗਈ ਬਿਲਕੁਲ ਜੜਾਂ ਦੇ ਸਾਰੀ ਉਹ ਸਾਰਾ ਕੋਈ ਵੇਸਟ ਨਹੀਂ ਹੈਗੀ ਜੀ ਡਿਫਰੈਂਸ ਦੇਖੇਗਾ ਕਰਾਉਂਦਾ ਹਾਂਜੀ ਹਾਂਜੀ ਵਿਚਾਰ ਕੀਤਾ ਕੀ ਹੈ ਵਿੱਚ ਇਹਦੇ ਵਿੱਚ ਆਪਾਂ ਟੋਟਲੀ ਫਲ ਆ ਗਏ ਜੀ ਇਹ ਕੁਛ ਘਰ ਰਹਿੰਦੇ ਜਿਵੇਂ ਆਪਣੇ ਸੇਬ ਵਗੈਰਾ ਰਹਿੰਦੇ ਜੀ ਜਿਹੜੇ ਹੁਣ ਸਿਆਲ 'ਚ ਅੱਗੇ ਲੱਗਣੇ ਫਰਵਰੀ ਦੇ ਵਿੱਚ ਉਹ ਬੂਟੇ ਰਹਿੰਦੇ ਬਾਕੀ ਸਾਰੇ ਲੱਗ ਚੁੱਕੇ ਬਾਕੀ ਇਹ 'ਚ ਆੜੂ ਸਟਾਰ ਫਰੂਟ ਵਗੈਰਾ ਕਿੰਨੀ ਦੇਰ ਬਾਅਦ ਰਿਟਰਨ ਆਉਣੀ ਸ਼ੁਰੂ ਹੋਈ ਜੀ ਇਹ ਸਰ ਆਪਾਂ ਮੰਨ ਕੇ ਚੱਲੋ ਜੀ ਆਪਾਂ ਨੂੰ ਇਹ 3 ਸਾਲ ਬਾਅਦ ਆਉਂਦੇ 5 ਸਾਲ ਲੱਗ ਜਾਂਦੇ ਆ 5 ਸਾਲ ਜੀ ਠੀਕ ਹੈ ਜੀ ਮਰੂਦ ਵਗੈਰਾ ਪਹਿਲਾਂ ਆ ਸਕਦਾ ਜੀ ਉਹ 3 ਸਾਲ ਮਰੂਦ ਆਏ ਨੇ ਕਿਉਂਕਿ ਜਦੋਂ ਜੇ ਫਰੂਟ ਸੀ ਨਾ ਉਹਨਾਂ ਦਾ ਹਾਂਜੀ 5 ਸਾਲ ਲੱਗਣ ਟਾਈਮ ਲੱਗ ਜਾਂਦਾ ਤਕਰੀਬ 5 ਸਾਲ ਇਹ 15-20 ਦਿਨ ਬਾਅਦ ਚਲਾਤੀ ਉਹ ਅੱਗੇ ਫਿਰ 15-20 ਦਿਨ ਬਾਅਦ ਚਲਾਦੀ ਕਿਉਂਕਿ ਸਟੈਪ ਬਾਈ ਸਟੈਪ ਉਹ ਚੱਲਦੀ ਜਾਂਦੀ ਜੀ ਇਹ ਵਿਕੀ ਜਾਂਦੀ ਖੜਦੀ ਨਹੀਂ ਆਪਣੀ ਮਤਲਬ ਤੁਹਾਨੂੰ ਰੈਕਰਿੰਗ ਇਨਕਮ ਆਣੀ ਸ਼ੁਰੂ ਹੋ ਗਈ ਰੈਗੂਲਰ ਇਨਕਮ ਆ ਰਹੀ ਹੈ ਆ ਰਹੀ ਹੈ ਨਾਲ ਇਹ ਨਾਲ ਕਿੱਡੀ ਲਾਈ ਹੋਈ ਸੀ ਇਹਦੀ ਇਹਦੀ ਚੰਡੀਗੜ੍ਹ ਦੇ ਇੱਕ ਮੀਆਂ ਬੀਬੀ ਸੋ ਡਾਕਟਰ ਸੀਗੇ ਜੀ ਉਹ ਹੁਣ ਵੀ ਫੋਨ ਮਾਰਦੇ ਆ ਜੇ ਕੋਈ ਇਧਰ ਬੱਸ ਅੰਦਰ ਭੇਜ ਦੇ ਪਰ ਸਾਡੇ ਕੋਲ ਹੁਣ ਉਨੀ ਹੈ ਨਹੀਂ ਜੀ ਕਿਉਂਕਿ ਇੱਥੇ ਆਪਣੀ ਲੱਗ ਜਾਂਦੀ ਜੀ ਇਹਦੇ ਵਿੱਚ ਆਪਣੀ ਭਾਈ ਇੰਟਰਕ੍ਰੋਪ ਇਹ ਚ ਵੀ ਹੈਗੀ ਪਹਿਲਾਂ ਭਿੰਡੀ ਲੱਗੀ ਹੋਈ ਸੀ ਹੁਣ ਪਿੰਡੀ ਹੁਣ ਖਤਮ ਹੋਈ ਹੈ ਪਿੰਡੀ ਆਪਾਂ ਪੱਕਤੀ ਜੀ ਇਹਦੇ ਵਿੱਚ ਹੁਣ ਆਪਾਂ ਹੋਰ ਸਬਜ਼ੀ ਵਗੈਰਾ ਦਾਲਾਂ ਵਗੈਰਾ ਕੀ ਪਲਾਨ ਹੈ ਹੁਣ ਇਹਦੇ ਵਿੱਚ ਸਾਡੀ ਸਰ ਹੈਗਾ ਮਾਸਰ ਇਹਦੇ ਵਿੱਚ ਮਾਸਰ ਲਾ ਦਿੰਦੇ ਇਹ ਖਤਮ ਹੋ ਜਾਣੀ ਮਾਸਰ ਨਿਕਲ ਆਊਗਾ ਜੀ ਦਾਲਾਂ ਕਿਹੜੀਆਂ ਕਿਹੜੀਆਂ ਤੁਸੀਂ ਕਰਦੇ ਹੋ ਸਰ ਮਾਸਰ ਲਾਉਣਾ ਜੀ ਹੁਣ ਛੋਲੇ ਲਾਣੇ ਜੀ ਇੱਕ ਆਪਣੀ ਅਲਸੀ ਦਾ ਤੇਲ ਤਿਆਰ ਕਰਾਂਗੇ ਟਮਾਟਰ ਹੋ ਜਾਣਗੇ ਜੀ ਅਤੇ ਸਰ ਦਾਲ ਹੁਣ ਆਪਣੇ ਕੋਲ ਮੂੰਗੀ ਲਾਈ ਸੀ ਅਸੀਂ ਸਿਰਫ ਉਹ ਰੱਖੀ ਸੀਗੀ ਇਸ ਵਾਸਤੇ ਵੀ ਆਪਾਂ ਜਿਵੇਂ ਆਪਣਾ ਹਰੀ ਖਾਦ ਲਈ ਜੀ ਉਹ ਹਰੀ ਖਾਦ ਲਈ ਜਾਂ ਆਪਾਂ ਇੱਕ ਲਾਈ ਸੀਗਾ ਜਿਵੇਂ ਮਤਲਬ ਕਿ ਆਪਾਂ ਨਾਈਟ੍ਰੋਜਨ ਫਿਕਸ ਕਰਨ ਲਈ ਉਹ ਚੀਜ਼ ਲਈ ਆਪਾਂ ਸਾਰੇ ਦੀ ਵਿੱਚ ਲਾਈ ਹੋਈ ਸੀ ਜੀ ਉਹ ਆਪਾਂ ਵਿੱਚ ਹੀ ਵਾਹਤੀ ਜੀ ਕਿਉਂਕਿ ਆਪਾਂ ਉਹਦੇ ਕਰੋਪ ਨਹੀਂ ਲਿੱਤੀ ਜੀ ਚਲੋ ਹੁਣ ਰਹੇਗੀ ਵਿੱਚ ਉਹ ਦੁਬਾਰੇ ਫਿਰ ਹਰੀ ਹੋਊਗੀ ਉਹ ਫਿਰ ਵਿੱਚ ਵਾਹਤੀ ਜੀ ਆਪਾਂ ਨੇ ਡਬਲ ਵਾਰੀ ਪੈ ਗਈ ਜੀ ਇੱਧਰ ਛੋਲੇ ਲਾ ਦਿਓ ਜੀ ਤੁਹਾਡੀ ਪਲੈਨਿੰਗ ਅੱਛੀ ਹੈ ਡੇਢ ਕਨਾਲ ਅਸੀਂ ਛੋਲੇ ਲਏ ਹੋਏ ਜੀ ਡੇਢ ਕਨਾਲ ਅਲਸੀ ਲਾਤੀ ਡੇਢ ਕਨਾਲ ਆਪਣੇ ਮਟਰ ਉਸ ਤੋਂ ਅੱਗੇ ਕੁਛ ਕਣਕ ਲਾਵਾਂਗੇ ਅਤੇ ਕੁਛ ਸਰੋਂ ਵੀ ਲਾਵਾਂਗੇ ਮਸਰ ਦਾ ਸਰ ਖੇਤੀਬਾੜੀ ਵਿਭਾਗ ਦਾ ਨਾਮ ਇਕੱਲਾ ਖੇਤੀਬਾੜੀ ਵਿਭਾਗ ਦੀ ਹੈ ਉਹਦਾ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ ਤਾਂ ਜਿਹੜਾ ਕਿਸਾਨ ਦਾ ਵੈਲਫੇਅਰ ਹੈ ਉਹ ਵੀ ਸਾਡਾ ਹੀ ਕੰਮ ਉਹ ਜ਼ਰੂਰੀ ਨਹੀਂ ਹੈ ਵੀ ਉਹ ਖੇਤੀ ਨਾਲ ਜੁੜਿਆ ਜਾਂ ਨਹੀਂ ਜੁੜਿਆ ਕੋਈ ਵੀ ਜਿਹੜਾ ਵੈਲਫੇਅਰ ਉਹਦਾ ਹੈ ਉਹ ਕੰਮ ਸਾਡਾ ਹੀ ਅਤੇ ਸਾਡੀ ਇਹ ਫਰਜ਼ ਬਣਦਾ ਵੀ ਅਸੀਂ ਕਿਸਾਨਾਂ ਦੇ ਨਾਲ ਬਿਲਕੁਲ ਖੜ੍ਹੇ ਹੋਈਏ ਹਰ ਸਮੇਂ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹਾਂ ਕਿਉਂਕਿ ਦੇਖੋ ਮੈਂ ਵਾਰ-ਵਾਰ ਮੇਰੇ ਕੋਲ ਕੋਈ ਫਰਟੀਲਾਈਜ਼ਰ ਵਾਲੇ ਵੀ ਆ ਰਹੇ ਆ ਪੈਸਟੀਸਾਈਡ ਵਾਲੇ ਵੀ ਆ ਰਹੇ ਸੀਡ ਵਾਲੇ ਵੀ ਆ ਰਹੇ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਸਮਝਾ ਰਿਹਾ ਸਾਡੀ ਐਗਜ਼ਿਸਟੈਂਸ ਜੋ ਅਸੀਂ ਸਾਡਾ ਵਜੂਦ ਹੈ ਉਹ ਕਿਸਾਨ ਕਰਕੇ ਜੇ ਕਿਸਾਨ ਹੀ ਨਹੀਂ ਰਹੇਗਾ ਤਾਂ ਅਸੀਂ ਨਹੀਂ ਰਵਾਂਗੇ ਕੱਲ੍ਹ ਨੂੰ ਅਗਰ ਜੋ ਚੱਲ ਰਿਹਾ ਖਿਲਾਫ ਅਗਰ ਵੱਡੇ ਕਾਰਪੋਰੇਟਸ ਆ ਜਾਂਦੇ ਤਾਂ ਕਿਸਾਨ ਦਾ ਐਗਜ਼ਿਸਟੈਂਸ ਖਤਰੇ 'ਚ ਪੈ ਜਾਏਗੀ ਅਤੇ ਸਾਡੀ ਐਗਜ਼ਿਸਟੈਂਸ ਵੀ ਖਤਰੇ 'ਚ ਹੀ ਕਿਉਂਕਿ ਜਦੋਂ ਕੋਈ ਵੱਡੇ ਕਾਰਪੋਰੇਟਸ ਆ ਗਏ ਫਿਰ ਉਹਨਾਂ ਨੂੰ ਡਿਪਾਰਟਮੈਂਟਸ ਦੀ ਲੋੜ ਨਹੀਂ ਹੈ ਅਤੇ ਕਿਸਾਨ ਵੀ ਨੁਕਸਾਨ 'ਚ ਹੈ ਗੌਰਮੈਂਟ ਵੀ ਨੁਕਸਾਨ 'ਚ ਹੈ ਅਤੇ ਦੇਸ਼ ਵੀ ਨੁਕਸਾਨ 'ਚ ਸਟੇਟ ਤਾਂ ਹੈ ਹੀ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਪੂਰੇ ਹਮਲੇ ਮਾਰਨੇ ਚਾਹੀਦੇ ਹੈ
कणक जिहड़ा झोना साडा चक्कर असीं फसली चक्कर च फसे हुए हाँ वह असीं सस्टेन नहीं कर सकते। पानी हवा जलवायु साडी जिहड़ी है वह साडियां सारियां जिहड़ियां लिखिया गई साडियां ग्रंथ हैं उन्हां च भी उहदी महत्वता दसी लोग उहदी सेवा कर रहे हैं तो जे वो चीज़ एग्जिस्ट करेगी हूँ जिदा इन्होंने चीफ साहब ने कहा भी पैसे पिछे नहीं भजे तो जिहड़ा बंदा पैसे पिछे नहीं भजदा पैसा वो पिछे आपे ही भजदा तो यह तुहाडे ही सक्सैसफुल अपने आप ही मॉडल होएगा। पर सानू नवी टैक्नोलॉजी हमने नवे बच्चे मैं देख रहे भी जुड़े हुए नवी टैक्नोलॉजी जुड़न की भी लोड़ है सानू तुसीं जिदा नवी टैक्नोलॉजी है ड्रिप इरीगेशन ठीक है तुसीं उस नाल जुड़ गए पहले पर सानू इनफॉर्मेशन टैक्नोलॉजी क्योंकि इनफॉर्मेशन टैक्नोलॉजी जी है तो सूचना देंगी तो दूसरा तुसीं जिदा एक काम करेगी ब्रिज का भी तुम जी मार्केट नहीं तो इतने लोकल मार्केट ही देख रहे हो लोकल मार्केट तुम्हें पेइंग कपैसिटी नहीं मिलेगी तुम मार्केट जो तुम वड्डिया मार्केट देखोगे लुधियाने की मार्केट देखोगे या संगरूर भी हो सकता तो ठीक हुए या उस तो अगे जिदा जिदा मूव करोगे मोहाली तो चंडीगढ़ ये मार्केट्स में भी तुम्हें टारगेट करना पेगा तो ही प्रॉफिटेबिलिटी वधेगी। तुम्हें एक व्यापारी की तरह सोचने की लड़ है तुम की खर्चा कर रहे हो तो की कमा रहे हो यह हिसाब किताब भी रखने की लड़ है वो अपने भी खर्चे पाओ जो तुम मेहनत की दिहाड़ी पाओ वो अपनी ताकि एटलीस्ट एंड च पता होगी मैं इन्ना बिचा लगा लागत लाई है तो ये मैं कमाया क्योंकि हमने बिजनेस है एक बिजनेस मॉडल है ये कल किरत जी आप पहले कहते भी खेती उत्तम किरत है पर खेती हूँ सानू व्यापार की तरह ही नहीं देखना पड़ेगा ता ही सर्वाइवल है सब तक।